ਗੁਰਦਾਸਪੁਰ ਦੇ ਪਿੰਡ ਪੇਟ ਪੱਤਣ ਦਾ ਰਹਿਣ ਵਾਲਾ ਨੌਜਵਾਨ ਅੰਮ੍ਰਿਤਪਾਲ ਸਿੰਘ ਜੋ ਕਿ ਪਿਛਲੇ 7 ਸਾਲਾਂ ਤੋਂ ਅਮਰੀਕਾ 'ਚ ਰਹਿ ਰਿਹਾ ਸੀ ਉਸਦੇ ਪਰਿਵਾਰ ਨੂੰ ਅੰਮ੍ਰਿਤਪਾਲ ਦੀ ਕੈਲੀਫੋਰਨੀਆ 'ਚ ਸੜਕ ਹਾਦਸੇ 'ਚ ਮੌਤ ਦਾ ਸਮਾਚਾਰ ਮਿਲਿਆ ਤਾਂ ਪਰਿਵਾਰ ਤੇ ਜਿਵੇਂ ਕਹਿਰ ਟੁੱਟ ਪਿਆ ਮ੍ਰਿਤਕ ਨੌਜਵਾਨ ਦੇ ਪਿਤਾ ਸਕੱਤਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਹਨਾਂ ਨੂੰ ਅਮਰੀਕਾ ਤੋਂ ਫੋਨ ਆਇਆ ਕਿ ਉਹਨਾਂ ਦੇ ਬੇਟੇ ਦਾ ਭਿਆਨਕ ਸੜਕ ਹਾਦਸਾ ਹੋਇਆ ਜਦ ਉਹਨਾਂ ਨੇ ਅਮਰੀਕਾ 'ਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਪੁੱਛ ਪੜਤਾਲ ਕੀਤੀ ਤਾਂ ਉਹਨਾਂ ਦੱਸਿਆ ਕਿ ਸੜਕ ਹਾਦਸੇ 'ਚ ਅੰਮ੍ਰਿਤਪਾਲ ਦੀ ਮੌਤ ਹੋ ਗਈ ਪਿਤਾ ਸਕੱਤਰ ਸਿੰਘ ਨੇ ਦੱਸਿਆ ਕਿ ਇੱਥੇ ਪੰਜਾਬ 'ਚ ਰੋਜ਼ਗਾਰ ਨਹੀਂ ਚੰਗੇ ਭਵਿੱਖ ਲਈ ਜ਼ਮੀਨ ਕਹਿਣੇ ਰੱਖ ਕੇ ਪੁੱਤ ਨੂੰ ਵਿਦੇਸ਼ ਭੇਜਿਆ ਸੀ ਪਰ ਇਹ ਨਹੀਂ ਪਤਾ ਸੀ ਕਿ ਅੱਜ ਇਹ ਦਿਨ ਵੀ ਦੇਖਣਾ ਪਵੇਗਾ ਅੱਜ ਪੁੱਤ ਗਵਾ ਲਿਆ ਇਸ ਤੋਂ ਵੱਡਾ ਦੁੱਖ ਹੋਰ ਕੋਈ ਨਹੀਂ ਇੱਥੋਂ ਮਾੜੇ ਆਪਣੇ ਰੁਜ਼ਗਾਰ ਦਾ ਕਰਕੇ ਅਸੀਂ ਬੱਚਾ ਜਿਹੜਾ ਸੀ ਉਹ ਭੇਜਿਆ ਸੀ ਆਪਾਂ ਬਾਹਰਲੇ ਵਿਦੇਸ਼ 'ਚ 13 ਦੇ ਵਿੱਚ ਗਿਆ ਸੀ ਉਹ ਜਿਹੜੀਆਂ ਬੜੀਆਂ ਤਕੜੀਆਂ ਸਾਨੂੰ ਬੱਚੇ 'ਤੇ ਆਸਾਂ ਸੀਗੀਆਂ ਉਹ ਆਸਾਂ ਸਾਡੀਆਂ 'ਚ ਪਾਣੀ ਫਿਰਦਾ ਉਹ ਦਿਸਣ ਦਿਆ ਬੱਚਾ ਆਪਣਾ ਉੱਥੇ ਚੰਗੀ ਰੋਟੀ ਅਸੀਂ ਕਹਿੰਦੇ ਹਾਂ ਚਲੋ ਕਮਾਊਗਾ ਕੋਈ ਸਾਨੂੰ ਦਊਗਾ ਕੋਈ ਸਾਡੇ ਆਉਣ ਵਾਲਾ ਭਵਿੱਖ ਜਿਹੜਾ ਚੰਗਾ ਹੋਊਗਾ ਪਰ ਉਹਦੇ ਤੋਂ ਵੀ ਸਾਨੂੰ ਆਸਾਂ ਜਿਹੜੀਆਂ ਉਹ ਟੁੱਟ ਚੁੱਕੀਆਂ ਉਹਦਾ ਐਕਸੀਡੈਂਟ ਜਿਹੜਾ ਆ ਉਹ ਅਮੈਰੀਕਾ ਦੇ ਵਿੱਚ ਹੋ ਗਿਆ ਹੈ ਅਤੇ ਇਸ ਕਰਕੇ ਆਪਾਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਸਾਡੇ ਬੱਚੇ ਦੀ ਡੈੱਡ ਬੋਡੀ ਜਿਹੜੀ ਆ ਪੰਜਾਬ ਸਰਕਾਰ ਸੈਂਟਰ ਸਰਕਾਰ ਆ ਕੇ ਡੈੱਡ ਬੋਡੀ ਆ ਉਹ ਆਪਣੀ ਬਚਾਈ ਜਾਵੇ ਅਸੀਂ ਬੱਚੇ ਦਾ ਕੋਈ 8 ਸਾਲ ਬਾਅਦ ਉਹਦਾ ਮੂੰਹ ਦੇਖਦੇ ਹਾਂ ਉੱਥੇ ਜਿੱਥੇ ਕੰਮ ਕਰਦੇ ਸੀਗੇ ਉੱਥੇ ਫੋਨ ਆਇਆ ਉਹਨਾਂ ਦਾ ਮਾਲਕ ਦਾ ਵੀ ਇੱਦਾਂ ਜਿਹੜੇ ਬੱਚੇ ਦੋ ਕੰਮ ਮੇਰੇ ਕੋਲ ਕਰਦੇ ਸੀਗੇ ਉਹਨਾਂ ਦੀ ਉਦੋਂ ਉਹਨਾਂ ਦਾ ਐਕਸੀਡੈਂਟ ਹੋ ਚੁੱਕਿਆ ਅਜੇ ਉਦੋਂ ਸਾਨੂੰ ਇਹ ਨਹੀਂ ਪਤਾ ਲੱਗਾ ਵੀ ਡੈਥ ਹੋਈ ਆ ਕਿ ਉੱਦਾਂ ਐਕਸੀਡੈਂਟ ਹੋਇਆ ਫਿਰ ਅਗਲੇ ਦਿਨ ਕੁਛ ਰਿਸ਼ਤੇਦਾਰ ਉੱਥੇ ਹੈਗੇ ਸੀ ਉਹਨਾਂ ਨੂੰ ਰਿਸ਼ਤੇਦਾਰਾਂ ਨਾਲ ਗੱਲ ਕਰਕੇ ਅਤੇ ਫਿਰ ਉਹਨਾਂ ਜਾ ਕੇ ਦੇਖਿਆ ਉਹ ਬੱਚਾ ਸਾਡਾ ਅੰਮ੍ਰਿਤਪਾਲ ਸਿੰਘ ਜੀ ਦਾ ਉਹ ਪੇਟ ਪੱਤਣ ਦਾ ਹੀ ਆਪਣਾ ਹੀ ਬੱਚਾ ਸੀ ਅਤੇ ਉਸ ਕਾਰਨ ਸਾਨੂੰ ਪਤਾ ਲੱਗਾ ਕਿੰਨਾ ਚਿਰ ਹੋ ਗਿਆ ਬੱਚੇ ਨੂੰ ਗਏ 8 ਸਾਲ ਹੋ ਗਏ ਜੀ 13 ਦਾ ਗਿਆ ਜੀ 8 ਸਾਲ ਹੋ ਗਏ ਬੜੇ ਔਖੇ ਭੇਜਿਆ ਉਦੋਂ ਬੜੀਆਂ ਆਸਾਂ ਸੀਗੀਆਂ ਉਹ ਸਾਰੀਆਂ ਆਸਾਂ 'ਤੇ ਜਿਹੜਾ ਉਹ ਪਾਣੀ ਫਿਰ ਚੁੱਕਿਆ ਬੱਚੇ ਦੀ ਡੈਥ ਹੋ ਗਈ ਅੰਮ੍ਰਿਤਪਾਲ ਸਿੰਘ ਦੀ ਮੌਤ ਦੇ ਸੁਨੇਹੇ ਨੂੰ ਲੈ ਕੇ ਇਲਾਕੇ ਭਰ 'ਚ ਸੋਗ ਦੀ ਲਹਿਰ ਹੈ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਝਿਆਵਾਲੀ ਨੇ ਕਿਹਾ ਹੈ ਕਿ ਸਕੱਤਰ ਸਿੰਘ ਗੁਰਾਂ ਦੇ ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਆਗੂ ਨੇ ਉਹਨਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਸ ਦੁੱਖ ਦੀ ਘੜੀ 'ਚ ਪਰਿਵਾਰ ਦੇ ਨਾਲ ਖੜੀ ਹੈ ਮੰਝੇਵਾਲੀ ਨੇ ਕਿਹਾ ਕਿ ਸਰਕਾਰਾਂ ਦੀਆਂ ਨੀਤੀਆਂ ਦੇ ਦੁੱਖ ਤੋਂ ਪੰਜਾਬ ਦਾ ਹਰ ਨੌਜਵਾਨ ਵਿਦੇਸ਼ ਵੱਲ ਰੁਖ ਕਰ ਰਿਹਾ ਹੈ ਇਹ ਦੁੱਖ ਨਹੀਂ ਕਿ ਪੁੱਤ ਪਰਿਵਾਰਾਂ ਤੋਂ ਦੂਰ ਨੇ ਦੁੱਖ ਇਹ ਹੈ ਕਿ ਇਸ ਪਰਿਵਾਰ ਨੇ ਪੁੱਤ ਹਮੇਸ਼ਾ ਲਈ ਗਵਾ ਲਿਆ ਉੱਥੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਮ੍ਰਿਤਕ ਬੇਟੇ ਅੰਮ੍ਰਿਤਪਾਲ ਸਿੰਘ ਦੀ ਦੇਹ ਵਿਦੇਸ਼ ਤੋਂ ਪਿੰਡ ਲਿਆਂਦੀ ਜਾਵੇ ਬਹੁਤ ਦੁੱਖ ਵਾਲੀ ਗੱਲ ਆ ਸਾਡੀ ਜਥੇਬੰਦੀ ਦੇ ਜ਼ਿਲ੍ਹਾ ਆਗੂ ਦਾ ਬੇਟਾ ਜਿਹੜਾ ਸੀ ਅਮਰੀਕਾ ਦੇ ਵਿੱਚ ਆਪਣੀ ਰੋਜ਼ੀ ਰੋਟੀ ਕਮਾਉਣ ਵਾਸਤੇ ਗਿਆ ਸੀ ਕੁਛ ਸਮਾਂ ਪਹਿਲਾਂ ਜਿਹਦੀ ਕੱਲ੍ਹ ਐਕਸੀਡੈਂਟ ਦੇ ਨਾਲ ਮੌਤ ਹੋ ਗਈ ਅਸੀਂ ਮੰਗ ਕਰਦੇ ਹਾਂ ਕਿ ਜਿਹੜੀਆਂ ਇੱਥੋਂ ਦੀਆਂ ਸਰਕਾਰਾਂ ਜਿਵੇਂ ਦੀਆਂ ਉਹ ਪਾਲਸੀਆਂ ਲੈ ਕੇ ਆ ਰਹੀ ਹੈ ਅੱਜ ਸਾਡੇ ਇਸ ਭੇਟ ਪੱਤਣ ਦੇ ਵਿੱਚ ਬੇਟੇ ਦੀ ਜਿਹੜੀ ਉੱਥੇ ਵਿਦੇਸ਼ ਦੇ ਵਿੱਚ ਮੌਤ ਹੋ ਗਈ ਆ ਲਗਾਤਾਰ ਇਹ ਵਰਤਾਰਾ ਜਿਹੜਾ ਇੰਡੀਆ ਦੇ ਵਿੱਚ ਵਾਪਰਿਆ ਕਿਉਂਕਿ ਇੱਥੋਂ ਦੀ ਸਰਕਾਰ ਨੇ ਪਾਲਸੀਆਂ ਇੱਦਾਂ ਦੀਆਂ ਲੈ ਲਈਆਂ ਕਿ ਇੱਥੇ ਜਿਹੜਾ ਸਾਡੇ ਬੱਚਿਆਂ ਦਾ ਰੁਜ਼ਗਾਰ ਆ ਉਹ ਸਾਰਾ ਖਤਮ ਹੋ ਰਿਹਾ ਜੇ ਮਾੜਾ ਮੋਟਾ ਹੈਗਾ ਵੀ ਆ ਤਾਂ ਉਹ 6-7 ਹਜ਼ਾਰ ਰੁਪਈਏ ਵਾਲਾ ਰੁਜ਼ਗਾਰ ਆ ਜਿਹਦੇ ਨਾਲ ਅੱਜ ਕੱਲ੍ਹ ਉਹ ਆਪਣੀ ਰੋਜ਼ੀ ਰੋਟੀ ਨਹੀਂ ਪੂਰੀ ਕਰ ਸਕਦਾ ਇਸ ਕਰਕੇ ਉਹ ਆਪਣੀ ਰੋਜ਼ੀ ਰੋਟੀ ਪੂਰੀ ਕਰਨ ਵਾਸਤੇ ਆਪਣਾ ਜਿਹੜਾ ਕੋਈ ਇੱਥੋਂ ਦਾ ਕਿੱਲਾ ਵਿਘਾ ਆ ਜਾਂ ਲੋਨ ਚੁੱਕ ਕੇ ਵਿਦੇਸ਼ਾਂ 'ਚ ਆਪਣੇ ਬੱਚਿਆਂ ਨੂੰ ਆਪਾਂ ਭੇਜ ਰਹੇ ਹਾਂ ਕਿ ਸਾਡੀ ਜਿਹੜੀ ਆਰਥਿਕ ਹਾਲਤ ਜਿਹੜੀ ਆ ਸੌਖੀ ਹੋਊਗਾ ਪਰ ਅੱਜ ਵਰਤਾਰਾ ਐਂ ਵਾਪਰ ਰਿਹਾ ਕਿ ਅਸੀਂ ਆਪਣੇ ਬੇਟਿਆਂ ਦਾ ਮੂੰਹ ਵੀ ਨਹੀਂ ਦੇਖ ਸਕਦੇ ਆਹ ਥੋੜ੍ਹੇ ਦਿਨ ਹੀ ਹੋਏ ਆ 25 ਫਰਵਰੀ ਨੂੰ ਮੇਰੇ ਫਤਿਹਗੜ੍ਹ ਚੂੜੀਆਂ ਵੀ ਜਥੇਬੰਦੀ ਦੇ ਪਰਿਵਾਰ ਦੇ ਵਿੱਚ
ਇੱਕੋ ਇੱਕ ਉਹਨਾਂ ਦਾ ਬੇਟਾ ਸੀ ਜਿਹਦੀ ਜਰਮਨ ਦੇ ਵਿੱਚ ਮੌਤ ਹੋ ਗਈ ਅਟੈਕ ਦੇ ਨਾਲ, ਉਹ ਵੀ ਰੋਜ਼ੀ ਰੋਟੀ ਕਮਾਉਣ ਗਿਆ ਸੀ ਅਤੇ ਉਹਨਾਂ ਦੀ ਵੀ ਡੈਡ ਬੋਡੀ ਜਿਹੜੀ ਆ ਬਹੁਤ ਲੰਮਾ ਸਮਾਂ ਪਰਿਵਾਰ ਨੂੰ ਵਰਲਾਪ ਕਰਨਾ ਪਿਆ ਸੀ। ਇੱਕ ਮਹੀਨੇ ਬਾਅਦ ਡੈਡ ਬੋਡੀ ਆਈ। ਅਸੀਂ ਮੰਗ ਕਰਦੇ ਹਾਂ ਵੀ ਘੱਟੋ ਘੱਟ ਆਪਣਾ ਜਿਹੜੀ ਇੱਥੋਂ ਦੀਆਂ ਪਾਲਿਸੀਆਂ ਨੇ ਵੀ ਸਰਕਾਰ ਇਹੋ ਜਿਹੀਆਂ ਲੈ ਕੇ ਆਵੇ ਵੀ ਸਾਡੇ ਬੇਟੇ ਜਿਹੜੇ ਆ ਆਪਾਂ ਨੂੰ ਇੱਥੇ ਇੰਡੀਆ ਦੇ ਵਿੱਚ ਰੁਜ਼ਗਾਰ ਮਿਲੇ। ਇਹੋ ਜਿਹੀ ਮਾਂ ਪਿਓ ਨਾਲ ਕਿਸੇ ਦੇ ਨਾਲ ਵੀ ਘਟਨਾ ਨਾ ਵਾਪਰੇ ਕਿ ਉਹਦਾ ਜਿਹੜਾ ਬੇਟਾ ਆ ਜਿਹੜਾ ਮਤਲਬ ਬਹੁਤ ਸੁੱਖਣਾ ਦੇ ਨਾਲ ਲਿਆ ਹੁੰਦਾ, ਬੜੀ ਮੁਸ਼ਕਿਲ ਦੇ ਨਾਲ ਬੇਟਿਆਂ ਨੂੰ ਪਾਲਿਆ ਜਾਂਦਾ ਵਾ, ਅਤੇ ਉਹੋ ਜਿਹੇ ਮਤਲਬ ਆਪਣੇ ਬੇਟੇ ਜਿਹੜੇ ਆ ਸਾਡੇ ਹੱਥਾਂ 'ਚੋਂ ਨਾ ਜਾਣ, ਸਾਨੂੰ ਰੁਜ਼ਗਾਰ ਇੱਥੇ ਹੀ ਮਤਲਬ ਦਿੱਤਾ ਜਾਵੇ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਭਾਰਤ ਸਰਕਾਰ ਕੋਲ ਕਿ ਸਾਡੇ ਜਿਹੜੇ ਬੇਟੇ ਦੀ ਸਕੱਤਰ ਸਿੰਘ ਦੇ ਬੇਟੇ ਦੀ ਅਮਰੀਕਾ ਦੇ ਵਿੱਚ ਐਕਸੀਡੈਂਟ ਨਾਲ ਮੌਤ ਹੋ ਗਈ ਹੈ, ਉਹਦੀ ਡੈੱਡ ਬੋਡੀ ਜਿਹੜੀ ਆ ਫੌਰੀ ਕਾਰਵਾਈ ਕਰਕੇ ਅਤੇ ਇੱਥੇ ਪਰਿਵਾਰ ਨੂੰ ਸੌਂਪੀ ਜਾਵੇ, ਤਾਂ ਕਿ ਪਰਿਵਾਰ ਜਿਹੜਾ ਬਰਲਾਪ ਦੇ ਵਿੱਚ ਇਸ ਵੇਲੇ ਉਹਨਾਂ ਨੂੰ ਹੌਸਲਾ ਹੋ ਸਕੇ ਕਿ ਸਾਡੀ ਮਤਲਬ ਡੈੱਡ ਬੋਡੀ ਆ ਗਈ ਆ। ਇਸ ਕਰਕੇ ਅਸੀਂ ਭਾਰਤ ਸਰਕਾਰ ਕੋਲ ਮੰਗ ਕਰਦੇ ਹਾਂ ਕਿ ਸਾਡੇ ਬੇਟੇ ਦੀ ਜਿਹੜੀ ਡੈੱਡ ਬੋਡੀ ਜਲਦੀ ਤੋਂ ਜਲਦੀ ਜਿਹੜੀ ਆ ਇੱਥੇ ਪਹੁੰਚਾਈ ਜਾਵੇ।